ਤੇ ਆ ਮੋਦੀਆਂ ਨੂੰ ਸ਼ਰਮ ਨਹੀਂ ਚਾਹੀਦੀ, ਬਹਿਣ ਦੇਣਾ ਸੀ ਦਿੱਲੀ ਦੇ ਤਖ਼ਤ ਤੇ ਕਿਸੇ ਨੂੰ? ਹੈ ਜੇ ਬੈਠੇ ਨੇ ਦਿੱਲੀ ਦੇ ਤਖ਼ਤ ਤੇ, ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਮਹਾਰਾਜ ਦੇ ਪੰਥ ਦੀ ਕਿਰਪਾ ਨਾਲ। ਉਹ ਤੇ ਅੱਜ ਵੀ ਕਹਿੰਦੇ ਤਾਲਿਬਾਨ ਵਾਲੇ, ਤਾਲਿਬਾਨੀ ਅਫਗਾਨੀ, ਆ ਪੰਜਾਬੀ ਵੱਖ ਹੋ ਜਾਣ, ਤੁਰਕ ਹੀ ਕਹਿੰਦੇ ਦਿੱਲੀ ਫਤਿਹ ਕਰ ਦਿਆਂਗੇ। ਕਲਗੀਆਂ ਵਾਲੇ ਨੇ ਬਚਨ ਦੇ ਕੇ ਜਿਹੜੇ ਤੋਰਿਆ ਨਾ, ਬਚਨਾਂ ਦੀ ਪਰਖ ਕਰਦੇ ਰਹੇ ਸਿੰਘ। ਇੱਕ ਦਿਨ ਸਿੰਘਾਂ ਵੇਖਿਆ ਵੀ ਇਹ ਤੋਰ ਤੇ ਦਿੱਤਾ ਸਾਡੇ ਨਾਲ, ਵੀ ਇਹਨੂੰ ਥੋੜੀ ਬਹੁਤੀ ਪਰਖ ਵੀ ਕਰੀਏ। ਸਿੰਘ ਕਹਿੰਦੇ ਬਾਬਾ ਜੀ, ਬਸਤਰ ਵੀ ਮਸਤਾਨੇ ਹੋ ਗਏ ਆ ਤੇ ਸ਼ਸਤਰ ਵੀ, ਹੱਲਾ ਬੋਲਣਾ, ਕੋਈ ਗੱਫਾ ਦਓ। ਹੁਣ ਉਹਦੇ ਕੋਲ ਵੀ ਕੁਝ ਨਹੀਂ ਤੇ ਫਿਰ ਯਾਦ ਆਇਆ ਮਹਾਰਾਜ ਨੇ ਕਿਹਾ ਸੀ ਪੰਜ ਸਿੰਘਣ ਤੇ ਅਰਦਾਸ ਕਰਾਵੇ। ਕਹਿੰਦਾ ਖਾਲਸਾ ਜੀ ਅਰਦਾਸਾ ਕਰੀਏ। ਜਦੋਂ ਰਲ ਕੇ ਅਰਦਾਸਾ ਕੀਤਾ, ਟਾਂਡਾ ਕਾਫਲੇ ਨੂੰ ਕਹਿੰਦੇ, ਬਾਬੇ ਮੱਖਣ ਸ਼ਾਹ ਦੇ ਵੱਡੇ, ਉਹਨਾਂ ਦਾ ਵੀ ਟਾਂਡਾ ਚੱਲਦਾ ਸੀ। ਔਰ ਬਾਬਾ ਮੱਖਣ ਸ਼ਾਹ ਪੁਰਤਕਾਲ ਤੱਕ ਜਾਂਦਾ ਰਿਹਾ, ਪੁਰਤਗੇਜ਼ ਆਖਿਆ ਜਾਂਦਾ ਸੀ ਉਹਨੂੰ, ਅੱਜ ਪੁਰਤਕਾਲ ਕਹਿੰਦੇ ਜਿਹਨੂੰ। ਵੱਡਾ ਬਿਜ਼ਨਸ ਵਪਾਰੀ ਸੀ, ਸਮੁੰਦਰ 'ਚ ਬੇੜੇ ਚੱਲਦੇ ਸੀ, ਉਹ ਸਮੁੰਦਰ ਵਿੱਚ ਹੀ ਉਹ ਜੋ ਫਸਿਆ ਸੀ ਬੇੜਾ, ਜਿੱਥੋਂ ਗੁਰੂ ਸਾਹਿਬ ਨੇ ਬੰਨੇ ਲਾਇਆ। ਏਦਾਂ ਹੀ ਲੱਖੀ ਸ਼ਾਹ ਬਣਜਾਰਾ, ਉਹਦਾ ਵੀ ਟਾਂਡਾ ਚੱਲਦਾ ਸੀ, ਉਹਦੇ ਵੱਡ ਵਡੇਰੇ ਬੈਠੇ ਸਨ ਯੂਪੀ ਵਿੱਚ, ਟਾਂਡਾ ਨਾਨਕਪੁਰੀ ਜਿਹੜਾ, ਉਹ ਜਿੱਥੇ ਜਾਂਦੇ ਆਪਣਾ ਖੂਹ ਪੁੱਟ ਕੇ ਪਾਣੀ ਕੱਢਦੇ, ਹਜ਼ਾਰਾਂ ਬੈਲ ਹਜ਼ਾਰਾਂ ਗੱਡੇ ਨਾਲ ਹੁੰਦੇ, ਉਹਨਾਂ ਦੇ ਬੱਚਾ ਜੰਮਿਆ। ਇੱਧਰ ਮਹਾਰਾਜ ਮੰਡੀ 'ਚ ਵਿਕ ਰਹੇ ਸੀ ਅਤੇ ਉਹ ਬੱਚੇ ਜੰਮਣ ਦੀਆਂ ਖੁਸ਼ੀਆਂ ਮਨਾ ਰਹੇ ਸੀ। ਫਿਰ ਮਹਾਰਾਜ ਦੇ ਉਹ ਵੀ ਚਰਨੀ ਲੱਗੇ, ਸਿੱਖੀ ਉੱਥੋਂ ਆਈ। ਖੈਰ ਬੱਖਰੇ ਮਜਬੂਨ ਤੀਜਾ ਟਾਂਡਾ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਵੱਡਿਆਂ ਦਾ ਚੱਲਦਾ ਸੀ, ਉਹ ਵੀ ਧਨਾਟ ਪਰਿਵਾਰ ਨੇ। ਆ ਜਿਹੜਾ ਲਾਲ ਕਿਲ੍ਹਾ ਬਣਿਆ, ਇਹਦੀਆਂ ਇੱਟਾਂ 700 ਗੱਡਾ ਸੀ ਬਾਬੇ ਲੱਖੀ ਸ਼ਾਹ ਦਾ, ਉਹ ਉਹਨਾਂ ਉੱਤੇ ਹੀ ਲਾਲ ਕਿਲ੍ਹੇ ਦਾ ਸਾਰਾ ਸਮਾਨ ਢੋਇਆ। ਸਰਕਾਰ ਡਰਦੀ, ਉਹਨਾਂ ਦੇ ਮੋਹਰੇ ਨਹੀਂ ਸੀ ਆਉਂਦੀ। ਏਡੇ ਧਨੀ, ਏਡੇ ਯੋਧੇ ਤੇ ਏਡੇ ਬਲਵਾਨ, ਉਹ ਜਿਹੜਾ ਟਾਂਡਾ, ਉਹ ਟਾਂਡੇ ਦਾ ਇੱਕ ਲਵਾਣਾ ਸੇਵਕ, ਉਹਨੇ ਵੇਖਿਆ ਵੀ ਗੁਰੂ ਕੇ ਸਿੱਖ ਨੇ। ਉਹ ਕਹਿੰਦਾ ਜੀ ਕੌਣ ਨੇ? ਦੱਸਿਆ ਵੀ ਮਹਾਰਾਜ ਦੇ ਪਿਆਰੇ ਨੇ। ਗੱਲਬਾਤ ਕਰਦਿਆਂ ਕਰਦਿਆਂ ਅੱਗੇ ਵਧੀ, ਕਹਿੰਦਾ ਮੇਰੇ ਕੋਲ ਤੇ ਮਹਾਰਾਜ ਦਾ ਦਸਵੰਧ ਹੈ। ਅਰਦਾਸਾ ਕੀਤਾ, ਉਹਨਾਂ ਮੋਹਰਾਂ ਜਿਹੜੀਆਂ ਮਹਾਰਾਜ ਨੂੰ ਭੇਂਟ ਕਰਨੀਆਂ ਸਨ ਉਹ ਲਿਆ ਕੇ ਚਰਨਾਂ 'ਚ ਰੱਖ ਦਿੱਤੀਆਂ, ਤੇ ਬਾਬੇ ਨੇ ਕੋਲ ਨਹੀਂ ਰੱਖੀਆਂ, ਸਿੰਘਾਂ 'ਚ ਵੰਡਤੀਆਂ। ਕਹਿੰਦੇ ਠੀਕ ਆ ਭਾਈ, ਪਰਖ ਠੀਕ ਨਾ ਗੀ, ਨਹੀਂ ਤੇ ਆਪ ਹੀ ਇਕੱਲਾ ਹੀ ਘੂੰ ਘੜੱਪ ਕਰ ਜਾਂਦਾ, ਫਿਰ ਤੇ ਗੱਲ ਹੋਰ ਹੁੰਦੀ ਨਾ। ਤੇ ਫਿਰ ਸਿੰਘ ਤੁਰਦੇ, ਹੁਣ ਜਦੋਂ ਤੁਰਦੇ ਸਿੰਘਾਂ ਨੇ ਬੜਾ ਕੰਮ ਕੀਤਾ। ਕੈਥਲ, ਕੈਥਲ ਦੇ ਉੱਤੇ ਮੁਸਲਮਾਨ ਕਾਬਜ਼ ਹੋ ਗਏ, ਔਰ ਉਹਨਾਂ ਆਪਣਾ ਤੇਜ ਬੁੱਧੀ ਵਾਲਾ, ਆ ਜਿਵੇਂ ਜੋਗੀ ਵਰਗੇ ਬਣੇ ਬੈਠੇ ਨਾ ਵੀ ਅਸੀਂ ਬੜੇ ਤੇਜ਼ ਤਰ੍ਹਾਂ ਰਹੇ ਹਾਂ, ਅਤੇ ਉਹ ਜਿਹੜਾ ਮਿਸ਼ਰਾ ਜਿਹਾ ਜਿਹਦੇ ਪੁੱਤ ਨੇ ਉਹ ਸਾਡੇ ਭਰਾਵਾਂ ਉੱਤੇ ਗੱਡੀ ਚਾੜੀ ਆ। ਵੀਰੋ ਇਹ ਨਾ ਸਮਝੀਏ ਵੀ ਯੂਪੀ 'ਚ ਗੱਡੀ ਚੜੀ ਆ, ਉਹ ਸਾਡੇ ਹੀ ਭਰਾ ਨੇ। ਦੁੱਖ ਇਸ ਗੱਲ ਦਾ, ਇਹ ਕਈ ਤਾਂ ਜਾਂਦੇ ਨੇ ਸਾਰੇ, ਇਹ ਕਿਸਾਨ ਯੂਨੀਅਨ ਵਾਲੇ ਵੀ ਕਹਿੰਦੇ ਆ ਭਾਈ ਇਹ ਮੋਰਚਾ ਸਾਰਿਆਂ ਦਾ ਸਾਂਝਾ, ਸਾਰਿਆਂ ਦਾ ਸਾਂਝਾ। ਅਤੇ ਮੌਤਾਂ ਕਿਹਨਾਂ ਦੀਆਂ ਹੋ ਰਹੀਆਂ ਦੱਸੋ ਤਾਂ ਸਹੀ, ਜਿੰਨੀਆਂ ਇੱਥੇ ਮੌਤਾਂ ਹੋਈਆਂ ਉਹ ਕਿਹਨਾਂ ਦੀਆਂ ਹੋਈਆਂ? ਉਹ ਸਿੱਖਾਂ ਦੀਆਂ ਹੋਈਆਂ, ਵਾਧੀ ਸਾਡੇ ਨਾਲ ਹੋ ਰਹੀ ਆ। ਕੀ ਕਾਰਨ? ਟਾਉਣ ਉੱਚੀ ਰੱਖਣ ਦਾ ਮੁੱਲ ਤਾਰਨਾ ਪੈ ਰਿਹਾ ਸਾਨੂੰ, ਬਾਕੀ ਤਾਂ ਉਹਨਾਂ ਦਾ ਤਾਂ ਨੀਵੀਂ ਪਾ ਕੇ ਸਰ ਜਾਂਦਾ, ਪਰ ਸਾਡਾ ਨਹੀਂ ਸਰਦਾ। ਸਾਡੇ ਸਤਿਗੁਰਾਂ ਨੇ ਸਾਨੂੰ ਜੁਰਤ ਬਖਸ਼ੀ। ਉਹ ਜਿਹੜਾ ਹਿੰਦੂ ਭਰਾ ਸੀ ਨਾ ਕੈਥਲ ਦਾ, ਉਹ ਕਹਿੰਦਾ ਮੈਂ ਵੇਖਦਾ ਕਿਹੜੇ ਆ ਗਏ ਸਿਖੜੇ ਹੋਏ,
ਉਹ ਫੌਜ ਲੈ ਕੇ ਚੜ ਪਿਆ। ਸਿੰਘਾਂ ਨੂੰ ਗੁੱਸਾ ਦੋਹਰਾ ਆਇਆ, ਕਿਉਂ? ਕਹਿੰਦੇ ਓਏ, ਇਹ ਤਾਂ ਸਾਡਾ ਸਨਾਤਨੀ ਭਰਾ, ਇਹਨੂੰ ਸ਼ਰਮ ਚਾਹੀਦੀ ਸੀ, ਸਾਡੇ ਉੱਤੇ ਚੜਿਆ ਆ, ਤੇ ਆ ਮੋਦੀਆਂ ਨੂੰ ਸ਼ਰਮ ਨਹੀਂ ਚਾਹੀਦੀ, ਬਹਿਣ ਦੇਣਾ ਸੀ ਦਿੱਲੀ ਦੇ ਤਖ਼ਤ ਤੇ ਕਿਸੇ ਨੂੰ? ਹੈ ਜੇ ਬੈਠੇ ਨੇ ਦਿੱਲੀ ਦੇ ਤਖ਼ਤ ਤੇ, ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਮਹਾਰਾਜ ਦੇ ਪੰਥ ਦੀ ਕਿਰਪਾ ਨਾਲ। ਉਹ ਤੇ ਅੱਜ ਵੀ ਕਹਿੰਦੇ ਤਾਲਿਬਾਨ ਵਾਲੇ, ਤਾਲਿਬਾਨੀ ਅਫਗਾਨੀ, ਆ ਪੰਜਾਬੀ ਵੱਖ ਹੋ ਜਾਣ, ਤੁਰਕ ਹੀ ਕਹਿੰਦੇ ਦਿੱਲੀ ਫਤਿਹ ਕਰ ਦਿਆਂਗੇ, ਪਰ ਉਹਨਾਂ ਨੂੰ ਅਸੀਂ ਤੇ ਕਹਿੰਦੇ ਤੁਸੀਂ ਨਹੀਂ, ਅਸੀਂ ਕਰਾਂਗੇ ਹੁਣ ਦਿੱਲੀ ਫਤਿਹ। ਇਹ ਵੀਰੋ ਕਰਨਾ ਹੀ ਪੈਣਾ, ਚੀਕਾਂ ਮਾਰਨ ਲੱਗ ਗਏ, ਆ ਛੋਟੀਆਂ ਜਿਹੀਆਂ ਝੰਡੀਆਂ ਹੀ ਨਿਸ਼ਾਨ ਨਿੱਕੇ ਨਿੱਕੇ ਚੜ੍ਹੇ, ਚੀਕਾਂ ਨਿਕਲ ਗਈਆਂ, ਲਾਲ ਕਿਲੇ ਤੇ ਆ ਗਏ, ਉਹ ਹੈਦਰੀ ਝੁਲਦੇ ਸੀ ਹੋਏ, ਕਿਹਨਾਂ ਨੇ ਪੁੱਟੇ? ਸਾਡੇ ਵੱਡਿਆਂ। 19 ਵਾਰੀ ਦਿੱਲੀ ਫਤਿਹ ਕੀਤੀ, ਇਹਨਾਂ ਨੇ ਤਾਂ ਨਹੀਂ ਕੀਤਾ ਕੁਝ, ਆ ਗੁਜਰਾਤੀ ਜਿੰਨਾ ਲੌਂਗ ਲੈਣਾ ਇਕੱਠਾ ਹੋਇਆ ਫਿਰਦਾ ਤਾਂ ਇੱਕ ਵੀ ਨਹੀਂ ਮਰਿਆ, ਸ਼ਹੀਦ ਹੋਣ ਸਾਡੇ। ਅੱਜ ਕਹਿੰਦੇ ਪੰਜਾਬ ਮੋਹਰੇ ਹੋਇਆ ਫਿਰਦਾ, ਤੇ ਜਿੱਦਣ ਮਰਨਾ ਸੀ ਉਦਣ ਵੀ 100 ਚੋਂ 90 ਅਸੀਂ ਹੋਈ ਸੀ। ਇਕੱਠੇ ਹੋ ਖੜਨਾ ਆਉਂਦਾ ਜਾਣੇ ਦੁਨੀਆ ਸਾਰੀ, ਖਾਲੀ ਲੜਨਾ ਆਉਂਦਾ ਖਿੱਚ ਲਈਏ ਝੱਟ ਤਿਆਰੀ, ਇਕੱਠੇ ਹੋ ਖੜਨਾ ਆਉਂਦਾ ਜਾਣੇ ਦੁਨੀਆ ਸਾਰੀ, ਖਾਲੀ ਲੜਨਾ ਆਉਂਦਾ ਖਿੱਚ ਲਈਏ ਝੱਟ ਤਿਆਰੀ, ਸ਼ੇਰ ਤਾਂ ਦੱਬ ਲੈਂਦਾ ਸ਼ੇਰ ਤਾਂ ਦੱਬ ਲੈਂਦਾ ਏ ਪੰਜੇ ਨਾਲ ਬਿੱਲੀ ਨੂੰ, ਵਸਦੇ ਪੰਜਾਬ ਚ ਯੋਧੇ ਦੱਸ ਦਈਏ ਦਿੱਲੀ ਨੂੰ, ਦੁਨੀਆ ਵਿੱਚ ਵਸਣ ਪੰਜਾਬੀ ਦੱਸ ਦਈਏ ਦਿੱਲੀ ਨੂੰ, ਵਸਦੇ ਪੰਜਾਬ ਚ ਯੋਧੇ ਜਿਹੜੇ ਦੇ ਨਾਲ ਲਈ ਆਜ਼ਾਦੀ 100 ਚੋਂ 80 90 ਸੀ, ਜਦ ਲੋੜ ਸਿਰਾਂ ਦੀ ਅਸੀਂ ਹੀ ਲੱਭੇ ਸੀ, ਜਿਹੜੇ ਦਿਨ ਲਈ ਆਜ਼ਾਦੀ 100 ਚੋਂ 80 90 ਸੀ, ਜਦ ਲੋੜ ਸਿਰਾਂ ਦੀ ਅਸੀਂ ਹੀ ਲੱਭੇ ਸੀ, ਪੁੱਛੋ ਕਦੇ ਨਾਲ ਖੂਨ ਦੇ, ਪੁੱਛੋ ਕਦੇ ਨਾਲ ਖੂਨ ਦੇ, ਧਰਤੀ ਹੋਈ ਕਿੱਲੀ ਨੂੰ, ਵਸਦੇ ਪੰਜਾਬ ਚ ਯੋਧੇ ਦੱਸ ਦਈਏ ਦਿੱਲੀ ਨੂੰ, ਵਸਦੇ ਪੰਜਾਬ ਚ ਯੋਧੇ ਦੱਸ ਦਈਏ ਦਿੱਲੀ ਨੂੰ, ਦੁਨੀਆ ਵਿੱਚ ਵਸਣ ਪੰਜਾਬੀ ਹੋਵੇ ਪਾਵੇ ਖਿਲਰੇ ਫਿਰਦੇ ਓਦਾਂ, ਭਾਵੇਂ ਖਿਲਰੇ ਫਿਰਦੇ ਔਖੇ ਵੇਲੇ ਇਕੱਠੇ ਤੁਰਦੇ ਆ ਨਾਲ ਮੜਕਦੇ ਸਮਝੀ ਨਾ ਮੱਠਿਆ, ਭਾਵੇਂ ਖਿਲਰੇ ਫਿਰਦੇ ਔਖੇ ਵੇਲੇ ਇਕੱਠੇ ਨਾਲ ਮੜਕਦੇ ਸਮਝੀ ਨਾ ਮੱਠਿਆ, ਸਿਆਸਤ ਨੂੰ ਸਾੜ ਦਿਆਂਗੇ ਦੱਬ ਤਾਂ ਜਦ ਕਿੱਲੀ ਨੂੰ, ਵਸਦੇ ਪੰਜਾਬ ਚ ਯੋਧੇ ਦੱਸ ਦਈਏ ਦਿੱਲੀ ਨੂੰ, ਦੁਨੀਆ ਵਿੱਚ ਵਸਣ ਪੰਜਾਬੀ ਮੰਗਲਾ ਹੁਣ ਸਮਝ ਗਏ ਹਾਂ ਬਾਰੀ ਦੀਆਂ ਖੋਟਾਂ ਨੂੰ, ਔਰ ਨਹੀਂ ਦੇਣਾ ਮਿੱਤਰੋ, ਮੰਗਲਾ ਹੁਣ ਸਮਝ ਗਏ ਹਾਂ ਮੋਦੀ ਦੀਆਂ ਖੋਟਾਂ ਨੂੰ, ਔਰ ਨਹੀਂ ਦੇਣਾ ਵੀਰ ਨੋ ਨੋਟਾਂ ਵਿੱਚ ਵੋਟਾਂ ਨੂੰ, ਕਿਉਂ ਇੱਟ ਛਾਂਟ ਲਵਾਂਗੇ ਪੱਕੀ ਦਾ ਬਿੱਲੀ ਨੂੰ, ਵਸਦੇ ਪੰਜਾਬ ਚ ਯੋਧੇ
ਦੱਸ ਦਈਏ ਦਿੱਲੀ ਨੂੰ ਵਸਦੇ ਪੰਜਾਬ ਚ ਯੋਧੇ, ਦੱਸ ਦਈਏ ਦਿੱਲੀ ਨੂੰ ਦੁਨੀਆਂ ਵਿੱਚ ਵਸਣ ਪੰਜਾਬੀ ਹੋ।